ਜਲੰਧਰ ਨਗਰ ਨਿਗਮ ਚੋਣਾਂ ਵਿੱਚ ਟਿਕਟ ਨਾ ਮਿਲਣ ਕਰਕੇ ਬਾਗੀ ਹੋ ਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਵੱਖ ਵੱਖ ਪਾਰਟੀਆਂ ਦੇ ਆਜ਼ਾਦ ਉਮੀਦਵਾਰਾਂ ਦੁਆਰਾ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਤਰ੍ਹਾਂ ਹੀ ਕਾਂਗਰਸ ਵਿੱਚ ਬਾਗੀ ਸੁਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਵਾਰਡ ਨੰਬਰ 38 ਤੋਂ ਸੁਰਿੰਦਰਪਾਲ ਭਗਤ ਨੇ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਕਾਗਜ਼ ਭਰ ਦਿੱਤੇ ਨੇ। ਮੰਗ ਕਰਦਾ ਹਾਂ ਕਿ ਇਸ ਇਲਾਕੇ ਦਾ ਸਰਵੇ ਕਰਾਇਆ ਜਾਵੇ ਦੁਬਾਰਾ। ਸਰਵੇ ਕਰਾ ਕੇ ਜੋ ਵੀ ਕੈਂਡੀਡੇਟ ਇਸ ਕਸੌਟੀ 'ਤੇ ਖਰਾ ਉਤਰਦਾ ਹੈ ਉਸਨੂੰ ਟਿਕਟ ਦਿੱਤੀ ਜਾਵੇ, ਨਾ ਕਿ ਕਿਸੇ ਪੈਸੇ ਵਾਲੇ ਬੰਦੇ ਨੂੰ, ਜੋ ਕਿ ਇੱਕ ਹੰਕਾਰੀ ਬੰਦਾ ਹੈ ਜਿਸਨੇ ਕਿ ਮੌਜੂਦਾ ਕੌਂਸਲਰ ਨੂੰ ਵੀ ਪਹਿਲਾਂ ਗਾਲਾਂ ਕੱਢੀਆਂ, ਉਹਦੇ ਨਾਲ ਲੜਿਆ। ਕਾਂਗਰਸ ਪਾਰਟੀ ਦਾ ਸਾਡਾ ਕੌਂਸਲਰ, ਉਸ ਨੂੰ ਗਾਲਾਂ ਕੱਢੀਆਂ ਗਈਆਂ, ਉਹਦੇ ਨਾਲ ਲੜਾਈ ਝਗੜਾ ਹੋਇਆ। ਅੱਜ ਕਾਂਗਰਸ ਪਾਰਟੀ ਨੇ ਉਸੇ ਬੰਦੇ ਨੂੰ ਟਿਕਟ ਦਿੱਤੀ ਹੈ ਜਿਸਨੇ ਕਿ ਕੌਂਸਲਰ, ਕਾਂਗਰਸ ਦੇ ਕੌਂਸਲਰ ਨੂੰ ਹੀ ਗਾਲਾਂ ਕੱਢੀਆਂ ਅਤੇ ਉਹਦੇ ਨਾਲ ਲੜਾਈ ਝਗੜਾ ਕੀਤਾ ਸੀ। ਇਸ ਤੋਂ ਇਹੀ ਸਾਬਤ ਹੁੰਦਾ ਹੈ ਕਿ ਇਹ ਪੈਸੇ ਦੇ ਜ਼ੋਰ ਨਾਲ ਹੀ ਟਿਕਟ ਲੈ ਕੇ ਆਇਆ ਹੈ। ਸਾਡੇ ਫਾਦਰ ਸਾਹਿਬ ਨੇ ਕੌਂਸਲਰ ਦੇ ਨਾਲ, ਕਾਂਗਰਸ ਪਾਰਟੀ ਦੇ ਨਾਲ ਹਮੇਸ਼ਾ ਆਪਣੀ ਜ਼ਿੰਦਗੀ ਦਾ ਐਂਡ ਤੱਕ ਸਾਥ ਦਿੱਤਾ ਅਤੇ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕਾਂਗਰਸ ਪਾਰਟੀ ਨੇ ਨਾਲ ਕੰਮ ਕਰਦੇ ਹੋਏ ਕਦੀ ਵੀ ਐਲੀਗੇਸ਼ਨ ਨਹੀਂ ਸਾਡੇ ਉੱਤੇ ਕਦੀ ਕੋਈ ਲੱਗਾ ਵੀ ਕਿ ਇਹਨਾਂ ਨੇ ਕੋਈ ਪੈਸਾ ਲਿਆ ਹੈ ਜਾਂ ਕੁਛ ਕੀਤਾ ਹੈ। ਇਲਾਕੇ ਦੇ ਵਿੱਚ ਘੱਟੋ ਘੱਟ 700-800 ਲੋਕਾਂ ਦੇ ਪੈਨਸ਼ਨਾਂ ਲਵਾਈਆਂ, ਜਦਕਿ ਇਹ ਚੀਜ਼ ਸ਼੍ਰੀ ਰਿੰਕੂ ਜੀ ਆਪਣੇ ਮੂੰਹੋਂ ਵੀ ਆਖਦੇ ਸਨ। ਅੱਜ ਉਹਨਾਂ ਨੂੰ ਪਤਾ ਨਹੀਂ ਕਿਉਂ ਯਾਦ ਭੁੱਲ ਗਿਆ ਕਿ ਸਾਡੇ ਫਾਦਰ ਸਾਹਿਬ ਸ਼੍ਰੀ ਹਰਦਾਸ ਚੰਦ ਜੀ ਨੇ ਇਸ ਇਲਾਕੇ ਵਿੱਚ ਕਿੰਨਾ ਕੰਮ ਕੀਤਾ ਹੈ। ਅੱਜ ਉਹ ਕਿਉਂ ਭੁੱਲ ਗਏ ਸੀ, ਉਹਨਾਂ ਕੋਲ ਇਹ ਸਵਾਲ ਪੁੱਛਦੇ ਹਾਂ, ਸਾਨੂੰ ਇਸ ਚੀਜ਼ ਦਾ ਜਵਾਬ ਚਾਹੀਦਾ। ਕੋਲੋਂ ਇਹ ਮੰਗ ਕਰਦੇ ਹਾਂ ਕਿ ਜੋ ਵਰਕਰ ਫੀਲਡ ਆਪਣੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਹਨ ਉਹਨਾਂ ਨੂੰ ਟਿਕਟ ਦਿੱਤੀ ਜਾਵੇ। ਅਸੀਂ ਫੀਲਡ ਵਿੱਚ ਹਮੇਸ਼ਾ ਰਹੇ ਹਾਂ, ਸਾਡੀਆਂ ਵੀਡੀਓਜ਼ ਹਨ, ਕਵਰਿੰਗ ਹੈ ਪੂਰੀ ਵੀ, ਅਸੀਂ ਮੀਟਿੰਗਾਂ ਕੀਤੀਆਂ ਹਨ, ਅਸੀਂ ਪਬਲਿਕ ਦੇ ਵਿੱਚ ਵਿਸਰਦੇ ਹਾਂ, ਪਬਲਿਕ ਦੇ ਸਾਰੇ ਕੰਮ ਕਰਦੇ ਹਾਂ, ਪਬਲਿਕ ਦੇ ਨਾਲ ਖੜੇ ਹਾਂ। ਜੇ ਮੁਹੱਲੇ ਦੇ ਵਾਰਡ ਵਿੱਚ ਕੋਈ ਵੀ ਪ੍ਰੋਬਲਮ ਆਈ ਹੈ, ਜਿਵੇਂ ਕਿ ਸ਼ਰਾਬ ਦਾ ਠੇਕਾ ਖੁੱਲਿਆ ਸੀ, ਅਸੀਂ ਆਪਣਾ ਜਾਨ ਤਲੀ ਦੇ ਧਰ ਕੇ ਮਾਫੀਆ ਨਾਲ ਲੜ ਕੇ ਠੇਕਾ ਬੰਦ ਕਰਾਇਆ। ਪਰ ਜਿਹੜੇ ਬੰਦੇ ਨੇ ਕੋਈ ਕੰਮ ਨਹੀਂ ਕੀਤਾ, ਇੱਕ ਪੈਸੇ ਦੇ ਜ਼ੋਰ 'ਤੇ ਟਿਕਟ ਲੈ ਕੇ ਆਇਆ ਹੈ, ਅਸੀਂ ਉਹਦੀ ਟਿਕਟ ਕੈਂਸਲ ਕਰਨਾ ਲਾਉਣਾ ਚਾਹੁੰਦੇ ਹਾਂ। ਅਸੀਂ ਇਹ ਆਪਣੀ ਸਰਕਾਰ, ਆਪਣੇ ਕੈਪਟਨ ਸਾਹਿਬ ਕੋਲੋਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਵਰਕਰ ਫੀਲਡ ਵਿੱਚ ਹਨ ਉਹਨਾਂ ਨੂੰ ਟਿਕਟ ਦਿੱਤੀ ਜਾਵੇ, ਨਾ ਕਿ ਕਿਸੇ ਪੈਸੇ ਦੇ ਵਾਲੇ ਬੰਦੇ ਨੂੰ ਟਿਕਟ ਦਿੱਤੀ ਜਾਵੇ। ਜੇ ਸਰ ਟਿਕਟ ਹਾਈ ਕਮਾਂਡ ਪਾਰਟੀ ਨਹੀਂ ਕੈਂਸਲ ਕਰਦੀ ਹੈ, ਜੇ ਟਿਕਟ ਕੈਂਸਲ ਨਹੀਂ ਕਰਦੀ ਤੇ ਅਸੀਂ ਆਪਣੇ ਸਾਰੇ ਭਰਾ ਬੈਠ ਕੇ ਵਿਚਾਰ ਵਿਚਾਰਨ ਕਰਾਂਗੇ ਕਿ ਉਹਦਾ ਕੀ ਕਰਨਾ ਹੈ। ਆਜ਼ਾਦ ਵੀ ਵਾਸਤੇ ਅਸੀਂ ਉਹੀ ਸਾਰੇ ਭਰਾ ਬੈਠ ਕੇ ਮੀਟਿੰਗ ਕਰਾਂਗੇ ਵੀ ਕਿਹੜੇ ਭਰਾ ਨੂੰ ਆਪਣੇ ਅੱਗੇ ਕਰਨਾ ਹੈ, ਅਸੀਂ ਆਜ਼ਾਦ ਕੈਂਡੀਡੇਟ ਵੱਲੋਂ ਫਾਰਮ ਭਰਾਂਗੇ। ਪਾਰਟੀ ਹਾਈਕਮਾਂਡ ਜੀ ਕੋਲ ਆਪਣੇ MLA ਸਾਹਿਬ ਸ਼੍ਰੀ ਸ਼ਸ਼ੀ ਰਿੰਕੂ ਜੀ ਕੋਲ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਨਾਲ ਪੁਰਾਣੇ ਵਰਕਰਾਂ ਦੇ ਨਾਲ ਧੋਖਾ ਕੀਤਾ, ਇੱਕ ਨਵੇਂ ਵਰਕਰ ਨੂੰ ਟਿਕਟ ਦਿੱਤੀ ਗਈ ਹੈ, ਉਹ ਕਿਸ ਵਜ੍ਹਾ ਨਾਲ ਦਿੱਤੀ ਗਈ ਹੈ, ਉਹਦਾ ਸਰਵੇ ਕਰਾ ਕੇ ਅਤੇ ਜਾ ਕੇ ਜਿੰਨੀ ਵੀ ਇਲਾਕੇ ਦੀ ਜਨਤਾ ਖਰਾਬ ਹੋ ਰਹੀ ਹੈ ਉਹਦੇ ਵਾਸਤੇ ਸੋਚਿਆ ਜਾਵੇ। ਨਹੀਂ ਤਾਂ ਅਸੀਂ ਕਾਂਗਰਸ ਪਾਰਟੀ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਪਾਰਟੀ ਜਿਹੜੇ ਸਾਰੇ ਰਾਜਪੂਤ ਨਗਰ ਦੇ ਜਿਹੜੇ ਵਰਕਰ ਨੇ, ਭਗਤ ਸਿੰਘ ਨਗਰ ਦੇ ਵਰਕਰ ਨੇ, ਚਾਰ ਮਰਲੇ ਦੇ ਵਰਕਰ ਨੇ, ਅਸੀਂ ਰਾਜਪੂਤ ਨਗਰ ਦੇ ਵਰਕਰ ਨੇ, ਸਾਰੇ ਹੀ ਵੋਟ ਦਾ ਇਹਨਾਂ ਦਾ ਬਾਈਕਾਟ ਕਰਾਂਗੇ ਤਾਂ ਕਿ ਇਹਨਾਂ ਨੂੰ ਵੋਟ ਨਾ ਪਾਈ ਜਾਵੇ। ਇਹਨਾਂ ਨੂੰ ਪਤਾ ਲੱਗੇ ਵੀ ਟਿਕਟ ਜਿਹੜੀ ਕਿਸ ਤਰ੍ਹਾਂ ਵਿਕੀ ਹੈ, ਇਹ ਇੱਦਾਂ ਦੀਆਂ ਧਾਂਦਲੀਆਂ ਨਵੇਂ ਬੰਦਿਆਂ ਨਾਲ ਕਰਨੀਆਂ ਅਤੇ ਇਹ ਕਰਨੀਆਂ ਨਹੀਂ ਚਾਹੀਦੀਆਂ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ। ਮੈਂ ਤਕਰੀਬਨ 35 ਸਾਲਾਂ ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਔਰ ਇੱਥੇ ਵੀ ਜਲੰਧਰ 'ਚ ਵੀ 35 ਸਾਲ ਹੋ ਗਏ ਆ ਸਾਨੂੰ ਆਇਆ। ਮੈਂ ਕਈ ਸੰਸਥਾ ਦਾ ਪ੍ਰੈਜੀਡੈਂਟ ਵੀ ਹਾਂ ਔਰ ਸਮਾਜਿਕ ਕਾਰਿਆਕਰਤਾ ਔਰ ਪਾਰਟੀ ਦਾ ਤੱਕ ਵਰਕਰ ਵੀ ਹੈ, ਪਰ ਇਹਨਾਂ ਨੇ ਅੱਜ ਬਹੁਤ ਹੀ ਮਾੜਾ ਕੀਤਾ ਹੈਗਾ, ਜਿਹੜਾ ਕਿ ਇੱਕ 4 ਮਹੀਨਿਆਂ ਤੋਂ ਪਾਰਟੀ ਦੇ ਵਿੱਚ ਆਇਆ ਹੈ ਔਰ ਸਾਰੀ ਉਮਰ LIC 'ਚ ਨੌਕਰੀ ਕੀਤੀ ਆ, ਉਸ ਬੰਦੇ ਨੂੰ ਪੈਸੇ ਲੈ ਕੇ
ਟਿਕਟ ਦੇਤੀ ਆ। ਅਸੀਂ ਇਸਦਾ ਪ੍ਰਜੋਰ ਵਿਰੋਧ ਕਰਦੇ ਹਾਂ ਔਰ ਕਾਂਗਰਸ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਇਹ ਜਿੱਦਾਂ ਵੀ ਹੈ ਟਿਕਟ ਬਦਲੀ ਜਾਵੇ, ਨਹੀਂ ਤਾਂ ਅਸੀਂ ਆਜ਼ਾਦ ਆਪਣਾ ਕੈਂਡੀਡੇਟ ਖੜ੍ਹਾ ਕਰਾਂਗੇ ਔਰ ਇਹ ਗੱਲ ਦਾ ਵਿਸ਼ਵਾਸ ਦਿਲਾਉਂਦੇ ਹਾਂ। ਜਿੱਦਾਂ ਸਾਈਂਦਾਸ ਜੀ ਆਜ਼ਾਦ ਜਿੱਤੇ ਸੀਗੇ, ਉੱਦਾਂ ਹੀ ਸਾਡੇ ਰਜਿੰਦਰ ਭਗਤ ਜੀ ਆਜ਼ਾਦ ਜਿਤਾਵਾਂਗੇ, ਇਸ ਚੀਜ਼ ਦੀ ਗਰੰਟੀ ਦਿੰਦੇ ਹੈਗੇ ਹਾਂ। ਇਹ ਅਗਰ ਨਹੀਂ ਕਰਦੀ ਤਾਂ ਪਾਰਟੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਏਗਾ ਬਈ ਪੈਸੇ ਦੇ ਲੈ ਕੇ ਦੇਣ ਵਾਲਾ ਬੰਦਾ ਨਹੀਂ ਜਿੱਤਦਾ ਅਤੇ ਆਜ਼ਾਦ ਬੰਦਾ ਜਿੱਤ ਜਾਂਦਾ ਹੈਗਾ ਵਾ। ਧੰਨਵਾਦ। ਮੈਂ ਇਸ ਇਲਾਕੇ ਦਾ ਪ੍ਰੈਜ਼ੀਡੈਂਟ ਵੀ ਹਾਂ ਔਰ ਵਾਈਸ ਪ੍ਰੈਜ਼ੀਡੈਂਟ ਬਲੋਕ ਵੈਸਟ ਤੋਂ ਵੀ ਹਾਂ, ਬਿਲੋਂਗ ਕਰਦਾ। ਅਤੇ ਮੇਰਾ ਕਹਿਣਾ ਇਹੀ ਹੈ ਕਿ ਜੋ ਵੀ ਰਾਜੀਵ ਟਿੱਕਾ ਜੀ ਨੂੰ ਜੋ ਟਿਕਟ ਦਿੱਤੀ ਹੈ ਹਾਈਕਮਾਨ ਨੇ, ਬਹੁਤ ਹੀ ਗਲਤ ਕੀਤਾ ਹੋਇਆ। ਅਤੇ ਸਾਡੇ ਕਾਫੀ ਦੇਰ ਦੇ ਪੁਰਾਣੇ ਮੇਰੇ ਵੀਰ ਜੀ ਰਜਿੰਦਰਪਾਲ ਭਗਤ ਜੀ ਜੋ ਕਿ ਇੰਨੀ ਦੇਰ ਦੇ ਸੇਵਾ ਕਰ ਰਹੇ ਨੇ ਸਾਰੇ ਵਾਰਡ ਦੇ ਵਿੱਚ, ਹਰ ਕਿਸੇ ਦਾ ਸੁੱਖ ਦੁੱਖ ਇਹਨਾਂ ਨੇ ਆਪ ਹੀ ਵੰਡਿਆ ਹੈ। ਅਤੇ ਜੋ ਇਹਨਾਂ ਨੇ ਸੇਵਾ ਕੀਤੀ ਅਸੀਂ ਇਹਨਾਂ ਦੇ ਨਾਲ ਹਾਂ। ਜੋ ਉਹਨਾਂ ਨੇ ਗਲਤ ਕੰਮ ਕੀਤਾ ਹੈਗਾ ਕਿ ਹਾਈਕਮਾਨ ਨੇ ਟਿਕਟ ਦੇ ਕੇ, ਇਹ ਬਹੁਤ ਹੀ ਗਲਤ ਕੰਮ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਰਜਿੰਦਰ ਕੁਮਾਰ ਜੀ ਨੂੰ ਹਾਈਕਮਾਨ ਟਿਕਟ ਦੇਵੇ, ਉਹ ਟਿਕਟ ਬਦਲੀ ਜਾਵੇ। ਅਤੇ ਅਸੀਂ ਜੇ ਇਹ ਕੰਮ ਨਹੀਂ ਕਰਦੇ ਹੈਗੇ, ਅਸੀਂ ਇਹਨਾਂ ਨੂੰ ਆਜ਼ਾਦ ਉਮੀਦਵਾਰ ਦੇ ਵਿੱਚ ਖੜ੍ਹੇ ਕਰਕੇ ਅਤੇ ਇਹਨਾਂ ਨੂੰ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਜਿਤਾਉਣ ਦੀ। ਭਗਤ ਸਿੰਘ ਨਗਰ, ਮਾਡਲ ਹਾਊਸ, ਸਾਰੇ ਹੀ ਇਹਨਾਂ ਨੂੰ ਵੀ ਵੋਟ ਪਾਉਣਗੇ, ਰਾਜਪੂਤ ਨਗਰ ਸਾਰੇ ਹੀ ਪਾਉਣਗੇ। ਸਾਨੂੰ ਮਨਜ਼ੂਰ ਨਹੀਂ ਹੈਗਾ, ਸਾਡਾ ਬਿੱਲੇ ਭਾਈ ਨੂੰ ਟਿਕਟ ਦਿੱਤੀ ਜਾਵੇ, ਅਸੀਂ ਆਉਣਾ ਆਉਣਾ ਸਹਿਮੀ ਹਾਂ। ਨਤਾਸ਼ਾ ਸ਼ਰਮਾ ਦੇ ਨਾਲ ਪਰਮਜੀਤ ਸਿੰਘ, ਦਿਵਿਆ ਪੰਜਾਬ ਟੀਵੀ, ਜਲੰਧਰ।